ਖੰਡੂਰ ਸਾਹਿਬ ਦੀ ਪਵਿੱਤਰ ਧਰਤੀ ਹੈ। ਦੋ ਭਰਾ ਸਰਕਾਰੀ ਨੌਕਰੀ ਕਰਦੇ ਨੇ, ਅੱਜ ਉਹਨਾਂ ਨੇ ਵੀ ਗੁਰੂ ਨਾਨਕ ਜੀ ਦੇ ਘਰ ਦੀ ਸੋਭਾ ਸੁਣੀ, ਗੁਰੂ ਅੰਗਦ ਦੇਵ ਪਿਤਾ ਦੀ ਵਡਿਆਈ ਸੁਣੀ, ਉਹ ਵੀ ਸਤਿਗੁਰ ਦੀ ਸ਼ਰਨ ਵਿੱਚ ਆਏ ਜੀ। ਨੌਕਰੀ ਸਰਕਾਰੀ ਕਰਦੇ ਨੇ, ਇਹਨਾਂ ਦੇ ਨਾਮ ਆਏ ਨੇ ਜੀ ਭਾਈ ਮੱਸੂ ਜੀ ਅਤੇ ਭਾਈ ਹੱਸੂ ਜੀ, ਇਹ ਭਰਾ ਨੇ ਦੋਵੇਂ। ਭਾਈ ਮੱਸੂ ਜੀ ਭਾਈ ਹੱਸੂ ਜੀ ਇਹ ਦੋਨੋਂ ਭਾਈ ਨੇ ਆ ਕੇ ਸਤਿਗੁਰ ਦੇ ਚਰਨਾਂ 'ਤੇ ਨਮਸਕਾਰ ਕਰਦੇ ਨੇ ਅਤੇ ਸੰਗਤ 'ਚ ਬੈਠ ਜਾਂਦੇ ਨੇ, ਜਿਵੇਂ ਆਪ ਜੀ ਸਾਰੇ ਬੈਠੇ ਹੋ। ਸਤਿਗੁਰ ਦੇ ਮੁਖਾਰਬੰਦ ਤੋਂ ਗੁਰਬਾਣੀ ਦਾ ਸ਼ਬਦ ਸਰਵਣ ਕਰਦੇ ਨੇ, ਪਰਮੇਸ਼ੁਰ ਦੀਆਂ ਵਡਿਆਈਆਂ ਸੁਣਦੇ ਨੇ, ਅੰਦਰ ਰਸ ਆਉਂਦਾ ਹੈ। ਸਮਾਪਤੀ ਹੁੰਦੀ ਹੈ, ਦੋਵੇਂ ਭਾਈ ਭਾਈ ਮੱਸੂ ਜੀ ਭਾਈ ਹੱਸੂ ਜੀ ਦੋਵੇਂ ਭਾਈ ਗਲਤ ਪੱਲਾ ਪਾ ਕੇ ਸਤਿਗੁਰ ਦੇ ਸਨਮੁਖ ਆਉਂਦੇ ਨੇ। ਹੇ ਧੰਨ ਗੁਰੂ ਅੰਗਦ ਦੇ ਪਿਤਾ ਜੀ, ਅਸੀਂ ਸਰਕਾਰੀ ਨੌਕਰੀ ਕਰਦੇ ਹਾਂ, ਸਾਡੇ ਕੋਲ ਸਮਾਂ ਨਹੀਂ ਨਿਕਲਦਾ, ਜਾਂ ਅਸੀਂ ਗੁਰੂ ਘਰ ਜਾ ਕੇ ਸੇਵਾ ਕਰੀਏ ਜਾਂ ਅਸੀਂ ਸਿਮਰਨ ਕਰੀਏ, ਸਮਾਂ ਨਹੀਂ ਨਿਕਲਦਾ। ਸਰਕਾਰੀ ਨੌਕਰੀ ਕਰਦੇ ਹਾਂ, ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਪੈ ਜਾਂਦੀ ਹੈ ਨੌਕਰੀ 'ਤੇ, ਹੇ ਗੁਰੂ ਅੰਗਦ ਦੇ ਪਿਤਾ ਜੀ ਕਿਰਪਾ ਕਰੋ, ਕੋਈ ਸੌਖਾ ਜਿਹਾ ਢੰਗ ਸਾਨੂੰ ਦੱਸੋ, ਅਸੀਂ ਵੀ ਮੁਕਤੀ ਦੇ ਦੁਆਰੇ 'ਤੇ ਪਹੁੰਚ ਜਾਈਏ, ਸਾਡਾ ਵੀ ਉਧਾਰ ਹੋ ਜਾਵੇ। ਜਿੰਨੇ ਅਸੀਂ ਬੈਠੇ ਹਾਂ ਭਾਗਾਂ ਵਾਲਿਓ, ਅਸੀਂ ਕਹਿੰਦੇ ਹਾਂ ਸੰਗਤ 'ਚ ਆਏ, ਕੋਈ ਸੌਖਾ ਜਿਹਾ ਢੰਗ ਸਾਨੂੰ ਮਿਲ ਜਾਵੇ। ਜੋ ਗੁਰੂ ਅੰਗਦ ਦੇ ਪਿਤਾ ਨੇ ਉਸ ਵੇਲੇ ਇਹ ਸਿੱਖਾਂ ਨੂੰ ਜਵਾਬ ਦਿੱਤਾ ਨਾ ਦਿੱਤਾ ਤੇ ਦੋ ਗੁਰਸਿੱਖਾਂ ਨੂੰ ਜਵਾਬ, ਭਾਈ ਮੱਸੂ ਤੇ ਭਾਈ ਹੱਸੂ ਜੀ ਨੂੰ, ਪਰ ਇਹ ਜਵਾਬ ਸਮੁੱਚੇ ਸੰਸਾਰ ਦਾ ਭਲਾ ਕਰ ਗਿਆ ਜੀ। ਗੁਰੂ ਅੰਗਦ ਦੇਵ ਪਿਤਾ ਜੀ ਆਖਣ ਲੱਗੇ, ਉਹ ਭਾਈ ਉਹ ਭਾਗਾਂ ਵਾਲਿਓ, ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦਾ ਘਰ ਹੈ, ਯਤਨ ਕਰੋ ਹਰ ਵੇਲੇ ਪਰਮੇਸ਼ੁਰ ਦੀ ਯਾਦ ਬਣੀ ਰਵੇ, ਹਰ ਵੇਲੇ ਪਰਮੇਸ਼ੁਰ ਦੀ ਯਾਦ ਬਣੀ ਰਵੇ। ਮਹਾਰਾਜ ਇਹ ਕੰਮ ਤਾਂ ਔਖਾ ਹੈ, ਹਰ ਵੇਲੇ ਪਰਮੇਸ਼ੁਰ ਦੀ ਯਾਦ ਬਣੀ ਰਵੇ ਕੰਮ ਔਖਾ ਹੈ। ਸਤਿਗੁਰੂ ਜੀ ਆਖਣ ਲੱਗੇ, ਆਰੰਭਤਾ ਕਰੋ, ਸ਼ੁਰੂ ਕਰੋ, ਯਤਨ ਕਰੋ, ਕੋਸ਼ਿਸ਼ ਕਰੋ, ਪ੍ਰੇਮ ਦੇ ਨਾਲ ਲੱਗੇ ਰਹੋ, ਇੱਕ ਦਿਨ ਕਿਰਪਾ ਹੋ ਜਾਏਗੀ, ਹਰ ਵੇਲੇ ਯਾਦ ਬਣੀ ਰਵੇਗੀ। ਮਹਾਰਾਜ ਉਹ ਕਿਵੇਂ? ਪਿਤਾ ਜੀ ਆਖਣ ਲੱਗੇ, ਧੰਨ ਗੁਰੂ ਅੰਗਦ ਦੇਵ ਪਿਤਾ ਜੀ, ਕਦੀ ਕਿਸੇ ਮਾਂ ਨੂੰ ਕਿਸੇ ਆਖਿਆ ਆਪਣੇ ਪੁੱਤਰ ਨੂੰ ਯਾਦ ਕਰ, ਆਟੋਮੈਟਿਕਲੀ ਯਾਦ ਆਉਂਦੀ ਹੈ। ਬੱਚਾ ਆਪਣੀ ਮਾਂ ਨੂੰ ਆਪੇ ਯਾਦ ਕਰਦਾ ਹੈ, ਇੱਕ ਪਿਤਾ ਆਪਣੇ ਪੁੱਤਰ ਨੂੰ ਆਪੇ ਯਾਦ ਕਰਦਾ ਹੈ। ਜਿਉਂ ਜਿਉਂ ਪਰਮੇਸ਼ੁਰ ਦੀ ਬੰਦਗੀ ਕਰੋਗੇ, ਸਿਮਰਨ ਕਰੋਗੇ, ਆਪਣੇ ਮਨ ਨੂੰ ਮੋੜ ਕੇ ਪਰਮੇਸ਼ੁਰ ਦੇ ਚਰਨਾਂ ਵੱਲ ਲੈ ਕੇ ਜਾਓਗੇ ਨਾ, ਫਿਰ ਇੱਕ ਦਿਨ ਆ ਜਾਵੇਗਾ, ਉਹਦੀ ਯਾਦ ਬਣੀ ਰਹੇਗੀ। ਧੰਨ ਗੁਰੂ ਅੰਗਦ ਦੇਵ ਪਿਤਾ ਜੀ ਆਖਣ ਲੱਗੇ, ਮਾਲਾ ਦੇ ਮਣਕੇ ਹੋਣ ਨਾ, ਮਾਲਾ ਦੇ ਮਣਕੇ ਜੇ ਧਾਗੇ 'ਚ ਨਾ ਨਾ ਪਰੋਏ ਹੋਣ, ਤਾਂ ਉਹ ਮਾਲਾ ਗਲਤ ਨਹੀਂ ਪੈ ਸਕਦੀ,
ਖੇਰੂ ਖੇਰੂ ਮਣ ਕੇ ਹੋ ਜਾਣਗੇ। ਜੇ ਚਾਹੁੰਦੇ ਹੋ ਮੁਕਤੀ ਹੋ ਜਾਵੇ, ਉਧਾਰ ਹੋ ਜਾਵੇ, ਤੁਹਾਨੂੰ ਪਰਮੇਸ਼ਰ ਦੀ ਯਾਦ ਨੂੰ ਹਿਰਦੇ 'ਚ ਵਸਾਉਣਾ ਪਵੇਗਾ। ਉਹੀ ਮਾਲਾ ਗਲ ਦਾ ਸ਼ਿੰਗਾਰ ਬਣਦੀ ਹੈ ਜੋ ਧਾਗੇ 'ਚ ਪਰੋਈ ਹੋਵੇ। ਤੁਹਾਨੂੰ ਵੀ ਪ੍ਰੇਮ ਰੂਪੀ ਧਾਗੇ ਦੇ ਵਿੱਚ ਪਰਮੇਸ਼ਰ ਦੀ ਯਾਦ ਨੂੰ ਪਰੋਣਾ ਪਵੇਗਾ। ਸਤਿਗੁਰੂ ਜੀ ਆਖਣ ਲੱਗੇ, ਸੰਗਤ ਬੈਠ ਜਾਓ, ਕੁਝ ਸਮਾਂ ਜਪੋ। ਸਤਿਗੁਰੂ ਕੀ ਜਪਣਾ ਹੈ? ਪਿਤਾ ਜੀ ਕਹਿੰਦੇ ਸਾਰੀ ਸੰਗਤ ਬੈਠ ਕੇ ਜਪੋ ਕੀ? ਵਾਹਿਗੁਰੂ 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 ਗੱਜ ਕੇ ਵਾਹਿਗੁਰੂ ਵਾਹਿ ਵਾਹਿਗੁਰੂ 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 ਵਾਹਿਗੁਰੂ। ਭਾਗਾਂ ਵਾਲੇ, ਜਦੋਂ ਵਾਹਿਗੁਰੂ ਜਪਣਾ ਕੰਜੂਸੀ ਨਾ ਕਰਿਆ ਕਰੋ, ਗੱਜ ਕੇ ਜਪਿਆ ਕਰੋ। ਇਹਦਾ ਬੜਾ ਵੱਡਾ ਲਾਭ ਜੇ। ਲਾਭ ਕੀ ਹੈ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ। ਸਤਿਗੁਰੂ ਕੀ ਕਹਿੰਦੇ? ਕਹਿੰਦੇ ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਕਹਿੰਦੇ ਕੱਪੜਾ ਗੰਦਾ ਹੋ ਜਾਵੇ ਨਾ, ਉਹਨੂੰ ਸਾਬਣ ਨਾਲ ਧੋ ਦਿੱਤਾ ਜਾਂਦਾ ਹੈ ਤੇ ਕੱਪੜਾ ਫਿਰ ਸਾਫ਼ ਹੋ ਜਾਂਦਾ ਹੈ। ਸਤਿਗੁਰੂ ਜੀ, ਹੇ ਮਾਲਕ ਜੀ, ਹੇ ਪਿਤਾ ਜੀ, ਕੱਪੜਾ ਗੰਦਾ ਹੋ ਜਾਵੇ ਉਹਨੂੰ ਸਾਬਣ ਨਾਲ ਸਾਫ਼ ਕੀਤਾ ਜਾਂਦਾ ਹੈ। ਸਤਿਗੁਰੂ, ਜੇ ਇਹ ਮੱਤ ਮੈਲੀ ਹੋ ਜਾਵੇ ਫਿਰ ਕਿਵੇਂ ਮੱਤ ਸਾਫ਼ ਹੋਵੇਗੀ? ਸਤਿਗੁਰੂ ਅਗਲੀਆਂ ਪੰਕਤੀਆਂ 'ਚ ਕਹਿੰਦੇ, ਕਹਿੰਦੇ ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਬੋਲੋ, ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਕਹਿੰਦੇ ਨਾਮ ਜਪੋ, ਜਿਉਂ ਜਿਉਂ ਨਾਮ ਜਪੋਗੇ ਇਹ ਮੱਤ ਤੋਂ ਮੈਂ ਲੱਤ ਦੀ ਜਾਵੇਗੀ, ਹਿਰਦਾ ਸ਼ੁੱਧ ਹੋ ਜਾਵੇਗਾ। ਅੱਜ ਸਤਿਗੁਰੂ ਗਰੀਬ ਨਵਾਜ਼, ਧੰਨ ਗੁਰੂ ਅੰਗਦ ਦੇਵ ਪਿਤਾ ਜੀ ਆਖਣ ਲੱਗੇ, ਭਾਈ ਮਸੂ ਜੀ, ਭਾਈ ਹਸੂ ਜੀ, ਜਿਉਂ ਜਿਉਂ ਪਰਮੇਸ਼ਰ ਦਾ ਨਾਮ ਜਪੋਗੇ ਤਿਉਂ ਤਿਉਂ ਨਾਮ ਹਿਰਦੇ 'ਚ ਵੱਸਦਾ ਜਾਵੇਗਾ। ਜਿਉਂ ਜਿਉਂ ਨਾਮ ਹਿਰਦੇ 'ਚ ਵਸੇਗਾ ਫਿਰ ਇੱਕ ਦਿਨ ਉਹਨੂੰ ਯਾਦ ਕਰਨਾ ਨਹੀਂ ਪਵੇਗਾ, ਹਿਰਦੇ 'ਚ ਉਹਦੀ ਯਾਦ ਪੱਕ ਜਾਵੇਗੀ, ਯਾਦ ਪਰਪੱਕ ਹੋ ਜਾਵੇਗੀ। ਫਿਰ ਭਾਗਾਂ ਵਾਲਿਓ, ਫਿਰ ਗੁਰੂ ਅੰਗਦ ਦੇਵ ਪਿਤਾ ਕੋਲੋਂ ਖੁਸ਼ੀਆਂ ਲੈ ਕੇ ਇਹ ਵਾਪਸ ਘਰ ਗਏ। ਹੁਣ ਨੌਕਰੀ ਦੇ ਯਤਨ ਕਰਦੇ ਨੇ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਬਣਿਆ ਰਹੇ, ਧਿਆਨ ਬਣਿਆ ਰਹੇ। ਫਿਰ ਐਡੀ ਕਿਰਪਾ ਹੋ ਗਈ, ਐਡੀ ਕਿਰਪਾ ਹੋ ਗਈ, ਇਹਨਾਂ ਦੇ ਗੁਰਮੁਖਾਂ ਦੇ ਹਿਰਦੇ 'ਚ ਨਾਮ ਵੱਸ ਗਿਆ। ਇਹ ਨਾਮ ਦੇ ਵਪਾਰੀ ਬਣ ਗਏ ਗੁਰਮੁਖੋ, ਐਡੀ ਬਖਸ਼ਿਸ਼ ਗਈ, ਨਾਮ ਦਾ ਰੰਗ ਲੱਗ ਗਿਆ ਇਹਨਾਂ ਨੂੰ। ਜਦੋਂ ਰੰਗ ਲੱਗਿਆ, ਅੱਜ ਗੁਰੂ ਅੰਗਦ ਦੇਵ ਪਿਤਾ ਨੇ ਕੋਲ ਬੁਲਾਇਆ, ਬੜੀਆਂ ਬਖਸ਼ਿਸ਼ਾਂ ਕੀਤੀਆਂ, ਆਖਿਆ ਭਾਈ ਤੁਸੀਂ ਆਪਣੀ ਕਿਰਤ ਵੀ ਕਰੋ, ਅੱਜ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਵੀ ਤੁਸੀਂ ਕਰਨਾ ਹੈ, ਟੁੱਟਿਆ ਹੋਇਆ ਨੂੰ ਗੁਰੂ ਨਾਨਕ ਦੇ ਘਰ ਦੇ ਨਾਲ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਨਾ ਹੈ। ਗੱਜ ਕੇ ਆਖੋ ਸਤਨਾਮ
ਵੇਖ ਲਓ ਇੱਕ ਉਹ ਸਮਾਂ ਹੈ ਜਦੋਂ ਕਹਿੰਦੇ ਸਨ ਸਤਿਗੁਰ ਕਿਰਪਾ ਕਰੋ ਸਾਡਾ ਉਧਾਰ ਹੋ ਜਾਵੇ, ਸਾਨੂੰ ਮੁਕਤੀ ਦਾ ਦੁਆਰਾ ਦੱਸੋ ਮਹਾਰਾਜ ਜੀ। ਅੱਜ ਸਤਿਗੁਰ ਨੇ ਜਿਉਂਦਿਆਂ ਜੀ ਹੀ ਇਹਨਾਂ ਨੂੰ ਮੁਕਤ ਕਰ ਦਿੱਤਾ, ਜਿਉਂਦਿਆਂ ਜੀ ਮੁਕਤ ਕਰਤਾ। ਮੁਕਤੀ ਤਾਂ ਇਹ ਹੁੰਦੀ ਹੈ, ਮੋਏ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਈ ਲਾ। ਗੁਰਮੁਖੋ ਜਿਉਂਦਿਆਂ ਜੀ ਸਤਿਗੁਰੂ ਆਪਣੇ ਸਿੱਖਾਂ ਨੂੰ ਮੁਕਤ ਕਰ ਦਿੰਦੇ ਨੇ। ਬੜੀਆਂ ਰਹਿਮਤਾਂ ਕੀਤੀਆਂ ਇਹਨਾਂ 'ਤੇ।